ਚੰਡੀਗੜ੍ਹ ਦੇ ਵਿੱਚ ਵੀ ਸੰਘਣੀ ਧੁੰਦ ਤੇ ਠੰਡ ਦਾ ਕਹਿਰ ਜਾਰੀ ਹੈ ਔਰ ਅੱਜ ਸਾਰਾ ਦਿਨ ਸੰਘਣੀ ਧੁੰਦ ਜਿਹੜੀ ਹੈ ਉਹ ਚੰਡੀਗੜ੍ਹ ਦੇ ਵਿੱਚ ਰਹੇਗੀ। ਇਸੇ ਵਜ੍ਹਾ ਕਰਕੇ ਇਸ ਵੇਲੇ ਅਸੀਂ ਲੇਕ ਦੇ ਉੱਤੇ ਪਹੁੰਚੇ ਹਾਂ, ਸੁਖਨਾ ਲੇਕ ਤੇ ਪਹੁੰਚੇ ਹਾਂ, ਜਿੱਥੇ ਸ਼ਨੀਵਾਰ ਐਤਵਾਰ ਵਾਲੇ ਦਿਨ ਛੁੱਟੀ ਦਾ ਮਾਹੌਲ ਹੁੰਦਾ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸੈਰ ਕਰਨ ਦੇ ਲਈ ਆਉਂਦੇ ਨੇ। ਲੇਕਿਨ ਅੱਜ ਬੇਹੱਦ ਘੱਟ ਲੋਕ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਵੀ ਇਸ ਵੇਲੇ ਸੁਖਨਾ ਲੇਕ ਦੀਆਂ ਦਿਖਾਉਣਾ ਚਾਹਾਂਗੇ। ਸਰਦੀ ਜ਼ਿਆਦਾ, ਠੰਡ ਜ਼ਿਆਦਾ, ਕੋਹਰਾ ਜ਼ਿਆਦਾ, ਇਸ ਵਜ੍ਹਾ ਕਰਕੇ ਲੋਕ ਵੀ ਘਰੋਂ ਬੇਹੱਦ ਘੱਟ ਬਾਹਰ ਨਿਕਲੇ ਨੇ। ਹਾਲਾਂਕਿ ਵੀਕਐਂਡ ਦੇ ਮੌਕੇ ਦੇ ਉੱਤੇ ਲੇਕ ਪੂਰੀ ਤਰੀਕੇ ਦੇ ਨਾਲ ਭਰੀ ਹੁੰਦੀ ਹੈ, ਬਹੁਤ ਸਾਰੇ ਲੋਕ ਜਿਹੜੇ ਨੇ ਇੱਥੇ ਪਹੁੰਚੇ ਹੁੰਦੇ ਨੇ, ਲੇਕਿਨ ਅੱਜ ਸਨਾਟਾ ਜਿਹੜਾ ਵੈ ਉਹ ਲੇਕ ਦੇ ਉੱਤੇ ਪਸਰਿਆ ਹੋਇਆ, ਬੇਹੱਦ ਘੱਟ ਲੋਕ ਜਿਹੜੇ ਨੇ ਉਹ ਆ ਰਹੇ ਨੇ ਔਰ ਤਸਵੀਰਾਂ ਇਸ ਵੇਲੇ ਸੁਖਨਾ ਲੇਕ ਦੀਆਂ ਦਿਖਾ ਰਹੇ ਹਾਂ। ਸ਼ਨੀਵਾਰ ਦੇ ਦਿਨ ਕਿਸ ਤਰੀਕੇ ਦੇ ਨਾਲ ਠੰਡ ਪੂਰੀ ਤਰੀਕੇ ਨਾਲ ਆਈ ਹੋਈ ਹੈ ਔਰ ਅੱਜ ਚੰਡੀਗੜ੍ਹ ਦੇ ਵਿੱਚ ਇਸ ਵੇਲੇ 8 ਡਿਗਰੀ ਟੈਂਪਰੇਚਰ ਹੈ ਔਰ ਪੂਰੇ ਦਿਨ ਦੇ ਵਿੱਚ 16 ਤੋਂ 17 ਡਿਗਰੀ ਟੈਂਪਰੇਚਰ ਜਿਹੜਾ ਵੈ ਉਹ ਰਹਿਣ ਵਾਲਾ ਵੈ। ਔਰ ਖਾਸ ਤੌਰ ਦੇ ਉੱਤੇ ਕਿਉਂਕਿ ਜਿਹੜੇ ਸਿਹਤ ਦੇ ਮਾਹਰ ਨੇ ਜਾਂ ਡਾਕਟਰ ਨੇ ਉਹ ਵੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਜਾਂ ਚਰਚਾ ਕਰਦੇ ਨੇ ਕਿ ਜਦੋਂ ਜ਼ਿਆਦਾ ਠੰਡ ਹੋਵੇ ਤਾਂ ਬਜ਼ੁਰਗਾਂ ਨੂੰ ਸੈਰ ਜਿਹੜੀ ਹੈ ਉਹ ਨਹੀਂ ਕਰਨੀ ਚਾਹੀਦੀ, ਬਜ਼ੁਰਗਾਂ ਨੂੰ ਇਸ ਮੌਕੇ ਘਰੋਂ ਘੱਟ ਬਾਹਰ ਨਿਕਲਣਾ ਚਾਹੀਦਾ ਵੈ। ਔਰ ਜਿਹੜੇ ਲੋਕ ਘਰੋਂ ਬਾਹਰ ਨਿਕਲਦੇ ਨੇ ਉਹ ਵੀ ਆਪਣੀ ਗੱਡੀ ਦੇ ਉੱਤੇ ਰਿਫਲੈਕਟਰ ਦਾ ਇਸਤੇਮਾਲ ਕਰਨ ਜਾਂ ਫਿਰ ਜਿਹੜੀ ਲਾਈਨ ਹੈ ਉਸੇ 'ਤੇ ਰਹਿਣ ਔਰ ਜਿਹੜੀਆਂ ਚਾਰ ਪਹੀਆ ਵਾਹਨ ਨੇ ਯਾਨੀ ਕਿ ਗੱਡੀਆਂ ਨੇ ਉਹ ਵੀ ਜਿਹੜੀ ਕਿਉਂਕਿ ਚੰਡੀਗੜ੍ਹ ਦੇ ਵਿੱਚ ਸਾਈਕਲ ਦੇ ਲਈ ਅਲੱਗ ਤੋਂ ਲਾਈਨ ਹੁੰਦੀ ਹੈ ਉਸ ਲਾਈਨ ਨੂੰ ਕਰੋਸ ਨਾ ਕਰਨ। ਕਈ ਵਾਰ ਲਾਈਨ ਕਰੋਸ ਕਰਦੇ ਹੀ ਕਈ ਵਾਰ ਹਾਦਸੇ ਦਾ ਸ਼ਿਕਾਰ ਜਿਹੜਾ ਹੁੰਦਾ ਹੈ ਤਾਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਇਸ ਵੇਲੇ ਲੋਕ ਜਿਹੜੇ ਨੇ ਘਰੋਂ ਘੱਟ ਬਾਹਰ ਨਿਕਲ ਰਹੇ ਨੇ ਔਰ ਜਿਹੜੇ ਬਾਹਰ ਨਿਕਲ ਰਹੇ ਨੇ ਜੈਕਟ ਪਾ ਕੇ, ਗਲਵਸ ਪਾ ਕੇ, ਟੋਪੀ ਪਾ ਕੇ ਪੂਰੀ ਆਪਣੀ ਸਿਹਤ ਦਾ ਵੀ ਜਿਹੜਾ ਵੈ ਉਹ ਖਿਆਲ ਰੱਖ ਰਹੇ ਨੇ। ਕੈਮਰਾਮੈਨ ਸੁਖਜਿੰਦਰ ਦੇ ਨਾਲ ਪੰਕਜ ਪਾਈ, ਨਿਊਜ਼ 18 ਚੰਡੀਗੜ੍ਹ।